ਨਿਯਮਾਂ ਸੰਤ ਰਿਦਵਸ਼ੈ ਸੰਤ ਪ੍ਰਤਾਪ ਦੁਰਤ ਸਭ ਨਸ਼ੈ। ਪਰਮੇਸ਼ੁਰ ਵਾਹਿਗੁਰੂ ਦੇ ਨਾਮ ਦੀ ਮਹਿਮਾ ਨੂੰ ਵਾਹਿਗੁਰੂ ਦੇ ਪਿਆਰੇ ਨੇ ਅੱਛੀ ਤਰ੍ਹਾਂ ਸਮਝਿਆ। ਤਨੂ ਨੇ, ਪ੍ਰਹਿਲਾਦ ਨੇ, ਕਬੀਰ ਨੇ, ਰਵਿਦਾਸ ਨੇ, ਨਾਮਦੇਵ ਨੇ, ਅੰਨੇ ਨੇ, ਹੋਰ ਬੇਅੰਤ ਭਗਤਾਂ ਸੰਤਾਂ ਨੇ। ਇਸ ਕਰਕੇ ਪਰਮੇਸ਼ੁਰ ਦਾ ਨਾਮ ਜਪ ਕੇ ਜੋ ਕੁਛ ਵੀ ਚਾਹੁੰਦਾ ਹੈ ਸਭ ਕੁਛ ਹੀ ਪ੍ਰਾਪਤ ਕਰ ਲੈਂਦਾ ਹੈ। ਤੁਰੁਣੀ ਅਟਲ ਪਦਵੀਆਂ ਹਾਸਿਲ ਕੀਤੀਆਂ ਭਗਤਾਂ ਨੇ, ਬੇਅੰਤ ਆਪ ਹੀ ਨਹੀਂ ਬਲਕਿ ਬੇਅੰਤ ਹੋਰ ਲੋਕਾਂ ਨੂੰ ਉੱਚ ਜੀਵਨ ਦਿੱਤੇ। ਇਸ ਕਰਕੇ ਪਰਮੇਸ਼ੁਰ ਦੇ ਭਜਨ ਵਿੱਚ ਇੱਕ ਸਵਰਗ ਕੀ ਬੇਅੰਤ ਸਵਰਗ ਨਿਵਾਸ ਕਰਦੇ ਹਨ। ਪਰਮੇਸ਼ੁਰ ਦਾ ਨਾਮ ਜਪ ਕੇ ਕਿਹੜੀ ਵਸਤੂ ਹੈ ਜੋ ਪ੍ਰਾਪਤ ਨਹੀਂ ਹੋ ਸਕਦੀ? ਸਾਹਿਬ ਗੁਰੂ ਰਾਮਦਾਸ ਚੌਥੇ ਪਾਤਸ਼ਾਹ ਵਾਹਿਗੁਰੂ ਦੇ ਭਜਨ ਨੂੰ ਸਾਰੀ ਇੱਛਾ ਪੂਰੀਆਂ ਕਰਤਾ ਦੱਸਦੇ ਹਨ। ਸਭੇ ਇੱਛਾ ਹੋਣ ਤੇਰੀਆਂ Yeah.
ਰਾਮਦਾਸ ਚੌਥੇ ਪਾਤਸ਼ਾਹ ਵਾਹਿਗੁਰੂ ਦੇ ਭਜਨ ਨੂੰ ਸਾਰੀਆਂ ਇੱਛਾ ਪੂਰੀਆਂ ਕਰਤਾ ਦੱਸਦੇ ਹਨ। ਉਹ ਫਰਮਾਉਂਦੇ ਹਨ, ਇੱਛਾ ਪੂਰਕ ਸਰਬ ਸੁਖਦਾਤਾ ਹਰ ਚਾਹ ਕੇ ਵਸ ਹੈ ਕਾਮ ਧੇਨਾ, ਸੋ ਐਸਾ ਹਰ ਧਿਆਈਏ ਮੇਰੇ ਜੀਅੜੇ, ਤਾਂ ਸਰਬ ਸੁਖ ਪਾਵ ਹੈ ਮੇਰੇ ਮਨਾ। ਜਪ ਮਨ ਸਤਨਾਮ ਸਦਾ ਸਤਨਾਮ, ਹਲਤ ਪਲਤ ਮੁਖ ਉਜਲ ਹੋਈ ਹੈ, ਨਿਤ ਧਿਆਈਏ ਹਰ ਪੁਖ ਨਿਰੰਜਨਾ, ਜੈ ਹਰ ਸਿਮਰਨ ਪਿਆ ਤੈ ਉਪਾਧ ਗਤ ਕੀਨੀ, ਵੜ ਭਾਗੀ ਹਰ ਜਪਨਾ, ਜਨ ਨਾਨਕ ਕਉ ਗੁਰ ਇਹ ਮਤ ਦੀਨੀ, ਜਪ ਹਰ ਭਉ ਜਲ ਧਰਨਾ। ਇਉਂ ਵਾਹਿਗੁਰੂ ਦੇ ਭਜਨ ਨੂੰ ਸਾਰੀਆਂ ਇੱਛਾ ਪੂਰੀਆਂ ਕਰਤਾ ਦੱਸਦੇ ਹਨ। ਗੁਰੂ ਅਰਜਨ ਦੇਵ ਮਹਾਰਾਜ ਵਾਹਿਗੁਰੂ ਦੇ ਭਜਨ ਨੂੰ ਰਸਾਇਣ ਰੂਪ ਕਥਨ ਕਰਦੇ ਹਨ। ਜੀ ਸ਼ਖਸ ਦੇ ਪਾਸ ਰਸਾਇਣ ਹੋਵੇ ਉਸਨੂੰ ਧਨ ਦਾ ਘਾਟਾ ਨਹੀਂ ਰਿਹਾ ਕਰਦਾ, ਜਿਸਦੇ ਪਾਸ ਵਾਹਿਗੁਰੂ ਦਾ ਭਜਨ ਰੂਪੀ ਰਸਾਇਣ ਹੈ ਉਸਦੇ ਪਾਸ ਮੁੱਠੀ ਵਿੱਚ ਤਾਂ ਦੋਨੋਂ ਜਹਾਨ ਆ ਜਾਂਦੇ ਹਨ। ਉਹ ਰਸਾਇਣ ਤਾਂ ਅੱਠਾਂ ਧਾਤਾਂ ਨੂੰ ਸੋਨਾ ਹੀ ਬਣਾਉਂਦੀ ਹੈ, ਲੇਕਿਨ ਵਾਹਿਗੁਰੂ ਦਾ ਭਜਨ ਰੂਪੀ ਰਸਾਇਣ ਤਾਂ ਇਹੋ ਜਿਹੀ ਚੀਜ਼ ਹੈ ਜੀਵ ਤੋਂ ਰੱਬ ਬਣਾ ਦਿੰਦਾ, ਜਿਸ ਤੋਂ ਪਰੇ ਕੋਈ ਵੀ ਚੀਜ਼ ਨਹੀਂ। ਸ਼ਿਵ ਹਰ ਕੇ ਚਰਨ ਰਸਾਇਣ ਜੀ ਜੋ ਜੋ ਮੰਗੈ।